ਕੋਝ ਛੱਡ ਕੇ ਤੁਸੀਂ ਉਦਾਂ ਹੀ ਬੈਠ ਜਾਵੋ ਤੁਹਾਡਾ ਨੁਕਸਾਨ ਹੋ ਸਕਦਾ ਹੈ ਦੇਖੋ ਅਗਰ ਕੋਈ ਤੁਹਾਡੀ ਜਾਨ ਦੇ ਪਿੱਛੇ ਪਿਆ ਆ ਤੁਸੀਂ ਕਿਸੇ ਦੀ ਤਾਂ ਸ਼ਰਨ ਵਿੱਚ ਜਾਣਾ ਹੈ ਨਾ ਤੁਸੀਂ ਕਿਤੇ ਤਾਂ ਜਾ ਕੇ ਛੁਪਣਾ ਹੈ ਅਰ वचन ਦੇ ਵਿੱਚ ਲਿਖਿਆ ਆ ਯਹੋਵਾ ਦਾ ਨਾਮ ਪੱਕਾ ਬੁਰਜਿਆ ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਤੇ ਬਚਾਇਆ ਜਾਂਦਾ ਹੈ ਯਹੋਵਾ ਨਾਮ ਜਿਹੜਾ ਬਾਈਬਲ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਨੂੰ ਦਿੱਤਾ ਗਿਆ ਗੋਡ ਮੋਸਟ ਹਾਈ ਨੂੰ ਦਿੱਤਾ ਗਿਆ ਗੋਡ ਸੁਪਰੀਮ ਨੂੰ ਦਿੱਤਾ ਗਿਆ ਯਹੋਵਾ ਪਰਮੇਸ਼ਰ ਨੂੰ ਸ੍ਰੀ ਵਾਹਿਗੁਰੂ ਜੀ ਵੀ ਕਿਹਾ ਗਿਆ ਪਵਿੱਤਰ ਬਾਈਬਲ ਦੇ ਵਿੱਚ ਤਾਂ ਸ਼ੈਤਾਨ ਤੋਂ ਬਚਣ ਦੇ ਲਈ ਸਾਨੂੰ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਆਉਣ ਦੀ ਜ਼ਰੂਰਤ ਆ ਸ਼ੈਤਾਨ ਤੋਂ ਬਚਣ ਦੇ ਲਈ ਇਹਨਾਂ ਇਹ ਜਿਹੜੇ ਭੂਤ ਪ੍ਰੇਤ ਆ ਇਹਨਾਂ ਤੋਂ ਬਚਣ ਦੇ ਲਈ ਸਾਨੂੰ ਸਰਵ ਸ਼ਕਤੀਮਾਨ ਅਕਾਲ ਪੁਰਖ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਣ ਦੀ ਜ਼ਰੂਰਤ ਆ ਸਾਨੂੰ ਖੁਦਾਵੰਦ ਖੁਦਾ ਦੀ ਹਜ਼ੂਰੀ ਦੇ ਵਿੱਚ ਆਉਣ ਦੀ ਜ਼ਰੂਰਤ ਆ ਸਾਨੂੰ ਉਹ ਜਿਹੜੇ ਯੇਸੂ ਮਸੀਹ ਦੇ ਨਾਮ ਦੀ ਸ਼ਰਨ ਲੈਣ ਦੀ ਜ਼ਰੂਰਤ ਆ ਹਾਲੇਲੂਇਆ ਸੋ ਬਹੁਤ ਸਾਰੇ ਲੋਕੀ ਕਹਿੰਦੇ ਕਿ ਕੋਈ ਭੂਤ ਬ੍ਰੇਤ ਨਹੀਂ ਹੁੰਦੇ ਹੋ ਸਕਦਾ ਉਹਨਾਂ ਨੂੰ ਅਜੇ ਤੱਕ ਨਾ ਕੋਈ ਐਕਸਪੀਰੀਅੰਸ ਹੋਇਆ ਹੋਵੇ ਕਿਉਂਕਿ ਜਾਰ ਤੱਕ ਮੇਰੇ ਬਦਨ ਵਿੱਚ ਕਦੀ ਦਰਦ ਨਹੀਂ ਹੋਈ ਸੀ ਤੇ ਮੈਨੂੰ ਲੱਗਦਾ ਸੀ ਕਿ ਮੇਰੀ ਮੰਮੀ ਜਿਹੜੀ ਆ ਉਦਾਂ ਹੀ ਕਹਿੰਦੀ ਰਹਿੰਦੀ ਕੰਮ ਤੋਂ ਬਚਣ ਦੀ ਮਾਰੀ ਕਿ ਨਹੀਂ ਜੀ ਮੇਰੇ ਮਰੀਆਂ ਲੱਤਾਂ ਦੁਖਣ ਡੀਆਂ ਐ ਤੇ ਮੇਰੇ ਤੋਂ ਉੱਠ ਨਹੀਂ ਹੁੰਦਾ ਮੇਰਾ ਸਿਰ ਦੁਖੰਡਿਆ ਆ ਤੇ ਮੇਰੇ ਤੋਂ ਉੱਠ ਨਹੀਂ ਹੁੰਦਾ ਤੇ ਸਾਨੂੰ ਲੱਗਣਾ ਵੀ ਆਹ ਤਾਂ ਚੰਗਾ ਬਹਾਨਾ ਕਿਹੜਾ ਥਰਮਾਮੀਟਰ ਦੇ ਨਾਲ ਚੈੱਕ ਹੁਣ ਪਰ ਜਦੋਂ ਆਪਣੀਆਂ ਲੱਤਾਂ ਦੁਖਣੀਆਂ ਸ਼ੁਰੂ ਹੋਈਆਂ ਜਦੋਂ ਕਿਤੇ ਜਦੋਂ ਗੇਮਸ ਕਰਕੇ ਬੈਠਣਾ ਤੇ ਫਿਰ ਲੱਤਾਂ ਦੁਖਣੀਆਂ ਤੇ ਫਿਰ ਪਤਾ ਲੱਗਾ ਵੀ ਹਾਂ ਵੀ ਲੱਤਾਂ ਤਾਂ ਦੁਖਦੀਆਂ ਐ ਸਿਰ ਵੀ ਦੁਖ ਜਾਂਦਾ ਹੁਣ ਹੁਣ ਪਤਾ ਲੱਗਦਾ ਐ ਬੀਹਾਂ ਸਰ ਵੀ ਦੁਖ ਜਾਂਦਾ ਤਾਂ ਜਦੋਂ ਤੱਕ ਕਿਸੇ ਦਾ ਆਪਣਾ ਤਜਰਬਾ ਨਹੀਂ ਹੈ ਨਾ ਉਦੋਂ ਤੱਕ ਉਹਦੇ ਲਈ ਕੁਝ ਵੀ ਨਹੀਂ ਹੈ ਪਰ ਜਦੋਂ ਤੁਹਾਡੇ ਆਪਣੇ ਐਕਸਪੀਰੀਅੰਸ ਹੋ ਜਾਂਦੇ ਨੇ ਨਾ ਤੁਹਾਨੂੰ ਫੇਰ ਪਤਾ ਲੱਗਦਾ ਐਵੇਂ ਤੇ ਭੂਤ ਪ੍ਰੇਤ ਸੂਕਰ ਮਿਰਗਾ ਚ ਜਿਹੜਾ ਆ ਸ਼ਬਦ ਇਹ ਬਾਣੀ ਦੇ ਵਿੱਚ ਨਹੀਂ ਲਿਖਿਆ ਗਿਆ ਅਗਰ ਇਹ ਲਿਖਿਆ ਆ ਅਗਰ ਹਰ ਧਰਮ ਗ੍ਰੰਥ ਦੇ ਵਿੱਚ ਇਹਨਾਂ ਭੂਤਾਂ ਪ੍ਰੇਤਾਂ ਦਾ ਜ਼ਿਕਰ ਕੀਤਾ ਗਿਆ ਆ ਚਾਹੇ ਉਹ ਹਿੰਦੂਇਜ਼ਮ ਦੇ ਵਿੱਚ ਆ ਸਿੱਖੀਜ਼ਮ ਦੇ ਵਿੱਚ ਆ ਇਸਲਾਮ ਦੇ ਵਿੱਚ ਆ ਕ੍ਰਿਸਚੀਅਨਿਟੀ ਦੇ ਵਿੱਚ ਆ ਜੈਨ ਹੋਗੇ ਬੁੱਧ ਹੋਗੇ ਇਹਨਾਂ ਦੇ ਵਿੱਚ ਲਿਖਿਆ ਆ ਸਭ ਜਿਹੜੇ ਰਿਲੀਜੀਅਨ ਆ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਆ ਇਹ ਈਵਲ ਦਾ ਬਾਰੇ ਦੇ ਵਿੱਚ ਵੀ ਲਿਖਿਆ ਆ ਤਾਂ ਇਟ ਮੀਨ ਕਿ ਈਵਲ ਵੀ ਐਗਜ਼ਿਸਟ ਕਰਦਾ ਹੈ ਤਾਂ 네ਗੇਟਿਵ ਐਂਡ ਪੋਜ਼ਿਟਿਵ ਦੋ ਸ਼ਕਤੀਆਂ ਜਿਹੜੀਆਂ ਆ ਉਹ ਇਸ ਸੰਸਾਰ ਦੇ ਵਿੱਚ ਕੰਮ ਕਰਦੀਆਂ ਆ ਜਿਹੜੀ ਨੈਗੇਟਿਵ એનર્ਜੀ ਆ ਉਸੇ ਨੂੰ ਈਵਲ ਈਵਲ ਪਾਵਰ ਕਿਹਾ ਜਾਂਦਾ ਹੈ ਤੇ ਜਿਹੜੀ ਪੋਜ਼ਿਟਿਵ એનર્ਜੀ ਆ ਉਸੇ ਨੂੰ ਹੀ ਸਰਵਸ਼ਕਤੀਮਾਨ ਪਰਮੇਸ਼ਰ ਜਿਹੜਾ ਆ ਉਹ ਕਿਹਾ ਜਾਂਦਾ ਹੈ ਤਾਂ ਪੋਜ਼ਿਟਿਵ એનર્ਜੀ ਦੇ ਵਿੱਚ ਜੀਵਨ ਆ ਤੇ ਨੈਗੇਟਿਵ એનર્ਜੀ ਦੇ ਵਿੱਚ ਡੈਥ ਆ ਤੇ ਇਸ ਲਈ ਸਾਨੂੰ ਇਹ ਚੀਜ਼ ਜਿਹੜੀ ਆ ਨਾ ਚੰਗੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ ਕਿ ਸਾਡੇ ਜੀਵਨ ਦੇ ਵਿੱਚ ਕਿੱਥੇ-ਕਿੱਥੇ ਜਿਹੜੇ ਆ ਈਵਲ ਆਲਟਰਸ ਜਿਹੜੇ ਆ ਉਹ ਬਣੇ ਹੋਏ ਆ ਔਰ ਇਹਨਾਂ ਈਵਲ ਆਲਟਰਸ ਤੋਂ ਅਸੀਂ ਕਿੱਦਾਂ ਜਿਹੜਾ ਆ ਉਹ ਰਿਹਾਈ ਪਾਉਣੀ ਆ ਬਹੁਤ ਸਾਰੇ ਲੋਕੀ ਈਵਲ ਆਲਟਰਸ ਦੇ ਵਿੱਚ ਕਿੱਦਾਂ ਐਂਟਰ ਕਰਦੇ ਜਦੋਂ ਉਹ ਸੈਟੈਨਿਕ ਏਜੰਟਸ ਜਿਹੜੇ ਆ ਉਹਨਾਂ ਦੇ ਕੋਲ ਜਾਂਦੇ ਆ ਲਾਈਕ ਵਿਚ ਕ੍ਰਾਫਟ ਕਰਨ ਵਾਲਿਆਂ ਦੇ ਕੋਲ ਚਲੇ ਗਏ ਜਿਹੜੇ ਜਾਦੂ ਟੋਨੇ ਕਰਦੇ ਆ ਜਦੋਂ ਉਹਨਾਂ ਦੇ ਕੋਲ ਜਾਂਦੇ ਆ ਤਾਂ ਉਹ ਸਭ ਕੀ ਆ ਸ਼ੈਤਾਨੀ ਲੋਕੀ ਜਿਹੜੇ ਭੂਤਾਂ ਪ੍ਰੇਤਾਂ ਦੀ ਮਦਦ ਦੇ ਨਾਲ ਲੋਕਾਂ ਦੇ ਘਰਾਂ ਦਾ ਨੁਕਸਾਨ ਕਰਦੇ ਆ ਵੀ ਇੱਕ ਜਾਣਾ ਗਿਆ ਤੇ ਉਹਨੇ ਕਿਹਾ ਜੀ ਮੇਰੇ ਤੋਂ 2100 ਰੁਪਇਆ ਲੈ ਲਓ ਪਰ ਮੇਰੇ ਜੇਠ ਜਠਾਣੀ ਦਾ ਕੰਮ ਬੰਨ੍ਹ ਦਿਓ ਤੁਸੀਂ ਮੇਰੇ ਕੋਲੋਂ ਇੰਨੇ ਪੈਸੇ ਲੈ ਲਓ ਪਰ ਇਹਨਾਂ ਦਾ ਬਾਹਰਲਾ ਕੰਮ ਨਾ ਬਣੇ ਤੁਸੀਂ ਮੇਰੇ ਤੋਂ ਆਹ ਕੰਮ ਲੈ ਲਓ ਇਹਦਾ ਵਿਆਹ ਨਾ ਹੋਵੇ ਕਹਿੰਦੇ ਨੇ ਨਾ ਇਹਦੇ ਸੰਜੋਗ ਬੱਧੇ ਆਏ ਇਹ ਉਹ ਉਹ ਚੀਜ਼ਾਂ ਇਹ ਸਭ ਚੀਜ਼ਾਂ ਜਿਹੜੀਆਂ ਜਿਹੜੇ ਲੋਕੀ ਕਰਦੇ ਉਹ ਕੀ ਆ ਸੈਟੈਨਿਕ ਏਜੰਟਸ ਜਿਹੜੇ ਰੂਹਾਂ ਦੀ ਮਦਦ ਦੇ ਨਾਲ ਰੂਹਾਂ ਦੀ ਮਦਦ ਦੇ ਨਾਲ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਸੈਟੈਨਿਕ ਏਜੰਟਸ ਕਿਹਾ ਜਾਂਦਾ ਹੈ ਤੁਸੀਂ ਦੇਖੋ ਕਿੰਨੇ ਮਤਲਬ ਜਦੋਂ ਕਿਸੇ ਦੀ ਡੈਥ ਹੁੰਦੀ ਆ ਤੇ ਉਹਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਉਸ ਵੇਲੇ ਨਾ ਦੋ ਜਣਿਆਂ ਦੀ ਰਾਤ ਨੂੰ ਵੀ ਡਿਊਟੀ ਲਾ ਦਿੰਦੇ ਆ ਉੱਥੇ ਕਿ ਕੋਈ ਜਣਾ ਸਿਵਿਆਂ ਚੋਂ ਹੱਡੀ ਚੱਕ ਕੇ ਨਾ ਲੈ ਜੂਵੇ ਉਹ ਉਹ ਏਸ ਕਰਕੇ ਨਹੀਂ ਦੋ ਜਣੇ ਉੱਥੇ ਰੋਕਦੇ ਕਿ ਜਿਹੜਾ ਮਰਦਾ ਆ ਉਹ ਵਾਪਸ ਜਿਹੜਾ ਆ ਉੱਥੇ ਜਿੰਦਾ ਨਾ ਹੋ ਜੂਵੇ ਐਕਚੁਅਲੀ ਉੱਥੇ ਇੱਕ ਦੋ ਜਣਿਆਂ ਦੀ ਡਿਊਟੀ ਲਈ ਜਾਂਦੀ ਕਿ ਕੋਈ ਜਣਾ ਉਹ ਜਿਹੜੇ ਬੰਦੇ ਨੂੰ ਉੱਥੇ ਸਾੜਿਆ ਉਹਦੀ ਹੱਡੀ ਚੱਕ ਕੇ ਨਾ ਲੈ ਜਾਵੇ ਕਿਉਂਕਿ ਇਦਾਂ ਮੰਨਦੇ ਆ ਕਿ ਉਹਦੀਆਂ ਹੱਡੀਆਂ ਨੂੰ ਲੈ ਕੇ ਤੇ ਜਿਹੜਾ ਆ ਵਿਚ ਕraft ਜਿਹੜਾ ਆ ਉਹ ਕੀਤਾ ਜਾਂਦਾ ਹੈ ਤਾਂ ਹਰ ਇਹ ਚੀਜ਼ਾਂ ਜਿਹੜੀਆਂ ਐ ਲੋਕੀ ਕਰਦੇ ਆ ਸੱਚਮੁੱਚ ਤਾਂ ਇਹ ਸਭ ਚੀਜ਼ਾਂ ਜਿਹੜੀਆਂ ਕੋਈ ਤੁਹਾਨੂੰ ਕਹਿੰਦਾ ਕਿ ਹੱਡੀਆਂ ਲਓ ਜੀ ਉਹਦੇ ਉੱਤੇ ਸੰਧੂਰ ਪਾ ਕੇ ਆ ਰੱਖ ਦਿਓ ਜਿਹੜੇ ਵੀ ਲੋਕੀ ਇਹਨਾਂ ਲੋਕਾਂ ਦੇ ਕੋਲ ਜਾਂਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਸ਼ੈਤਾਨ ਦੀ ਵੈਦੀ ਲੱਗੀ ਹੋਈ ਆ ਉਹਨਾਂ ਦੇ ਜੀਵਨ ਦੇ ਵਿੱਚ ਦੁਸ਼ਟ ਆਤਮੇ ਕੰਮ ਕਰ ਰਹੇ ਆ ਜਿਹੜੇ ਵੀ ਪੁੱਛਾਂ ਲੈਣਾ ਫਾਲ ਪਾਉਣਾ ਜਾਂ ਕਹਿ ਲੋ ਕਿ ਜਾਦੂ ਟੋਣੇ ਕਰਨ ਕਰਨੇ ਕਰਾਉਣੇ ਉਹਨਾਂ ਨੂੰ ਲੈ ਕੇ ਆਉਣਾ ਆਪਣੇ ਘਰਾਂ ਦੇ ਵਿੱਚ ਫਿਰ ਉਹ ਲੋਕੀ ਤਾੰਤ੍ਰਿਕ ਵਿਦਿਆ ਦੇ ਨਾਲ ਜਿਹੜਾ ਆ ਉਹ ਦੱਸਦੇ ਆ ਕਾਲੇ ਜਾਦੂ ਦੇ ਨਾਲ ਕਈ ਚੀਜ਼ਾਂ ਕਰਦੇ ਕਿ ਤੁਸੀਂ ਆਹ ਚੀਜ਼ ਇੱਥੇ ਦੱਬ ਦਿਓ ਜੀ ਆਹ ਚੀਜ਼ ਕਰ ਦਿਓ ਜੀ ਅਗਰ ਇਹ ਚੀਜ਼ਾਂ ਤੁਸੀਂ ਕਰ ਰਹੇ ਆ ਤਾਂ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਆ ਸੈਟੈਨਿਕ ਆਲਟਰ ਲੱਗਾ ਹੋਇਆ ਹੈ ਤੁਹਾਡੇ ਜੀਵਨ ਦੇ ਵਿੱਚ ਫਿਰ ਦੁਸ਼ਟ ਆਤਮਾ ਦਾ ਜਿਹੜਾ ਆ ਨਾ ਉਹ ਕੰਮ ਜਿਹੜਾ ਆ ਉਹ ਚੱਲ ਰਿਹਾ ਹੈ ਬਹੁਤ ਸਾਰੇ ਲੋਕਾਂ ਨੇ ਹੁਣ ਕੀ ਕੀਤਾ ਆ ਕਿ ਉਹਨਾਂ ਨੇ ਚਰਚ ਆਉਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਨੇ ਆਪਣੇ ਘਰ ਵਿੱਚੋਂ ਉਹ ਦੱਬੀਆਂ ਹੋਈਆਂ ਚੀਜ਼ਾਂ ਨਹੀਂ ਕੱਢੀਆਂ ਜਿਹੜੀਆਂ ਉਹਨਾਂ ਨੇ ਲਿਆ ਕੇ ਦੱਬੀਆਂ ਸੀ ਪਰ ਉਹ ਚਰਚ ਵੀ ਆ ਰਹੇ ਆ ਤੇ ਫਿਰ ਉਹ ਕਹਿ ਰਹੇ ਆ ਕਿ ਸਾਡਾ ਕੰਮ ਨਹੀਂ ਵੜ ਰਿਹਾ ਸਾਡੇ ਜੀਵਨ ਦੇ ਵਿੱਚ ਪ੍ਰੇਅਰ ਆਨਸਰ ਨਹੀਂ ਕਰ ਰਹੀ ਮੈਨੂੰ ਦੱਸੋ ਕਿੱਦਾਂ ਪ੍ਰੇਅਰ ਅਨਸਰ ਕਰੂਗੀ ਕਿਉਂਕਿ ਤੁਸੀਂ ਤਾਂ ਪੂਰੇ ਦਿਲ ਨਾਲ ਪਰਮੇਸ਼ਰ ਨੂੰ ਮੰਨ ਹੀ ਨਹੀਂ ਰਹੇ ਬਹੁਤ سارے ਲੋਕ ਆ ਉਹ ਚਰਚ ਵਿੱਚ ਵੀ ਆ ਰਹੇ ਆ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਹਜ਼ੂਰੀ ਦੇ ਵਿੱਚ ਖਲੋਂਦੇ ਵੀ ਆ ਮੰਨੇ ਦੇ ਵੀ ਆ ਉਹ ਸਭ ਕੁਝ ਜਿਹੜਾ ਆ ਉਹ ਚੀਜ਼ਾਂ ਕਰ ਰਹੇ ਆ ਪਰ ਉਹਨਾਂ ਨੇ ਆਪਣੇ ਜੇਬਾਂ ਦੇ ਵਿੱਚ ਜਿਹੜੇ ਨੋਟਾਂ ਦੇ ਉੱਤੇ ਕਰਾ ਕਰਾ ਕੇ ਚੀਜ਼ਾਂ ਰੱਖੀਆਂ ਗੱਲਿਆਂ ਦੇ ਵਿੱਚ ਕਰਾ ਕਰਾ ਕੇ ਨੋਟ ਜਿਹੜੇ ਰੱਖੇ ਆ ਵੀ ਸ਼ਾਇਦ ਇਹਨਾਂ ਨੋਟਾਂ ਦੇ ਨਾਲ ਜਿਹੜੇ ਆ ਗਾਹਕ ਆਉਣੇ ਆ ਜੋ ਉਹਨਾਂ ਨੇ ਹੋਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਗਲ ਵਿੱਚ ਕਰਾ ਕਰਾ ਕੇ ਪਾਏ ਆ ਡੋਲਿਆਂ ਨਾਲ ਬੰਨੇ ਆ ਆਪਣੇ ਬੱਚਿਆਂ ਦੇ ਮਤਲਬ ਉਹਨਾਂ ਬੱਚੇ ਦਾ ਭਾਰ ਨਹੀਂ ਜਿੰਨੇ ਧਾਗੇ ਉਹਦੇ ਦਿਵਾਲੇ ਬਲੇਟੇ ਹੋਏ ਆ ਕੋਈ ਲੱਕ ਦੇ ਦਿਵਾਲੇ ਕੋਈ ਗਿੱਟੇ ਦੇ ਕੋਈ ਗੋਡੇ ਦੇ ਕੋਈ ਕਿੱਦਾਂ ਕਿੱਦਾਂ ਹਨਾ ਉਹ ਸਭ ਚੀਜ਼ਾਂ ਕੀਤੀਆਂ ਹੋਈਆਂ ਆ ਫੇਰ ਕਿੱਦਾਂ ਡਿਲੀਵਰੈਂਸ ਹੋ ਸਕਦੀ ਕਿ 19 ਦਿਨ ਤੱਕ ਦੇਖੋ ਡਿਲੀਵਰੈਂਸ ਨਹੀਂ ਹੋਊਗੀ ਜਿੰਨੀ ਦੇਰ ਤੱਕ ਤੁਸੀਂ ਮੈਂਟਲੀ ਡਿਲੀਵਰ ਹੋਣ ਦੇ ਲਈ ਤਿਆਰ ਨਹੀਂ ਆ ਤੁਸੀਂ ਦੋ ਬੇੜੀਆਂ ਵਿੱਚ ਪੈਰ ਰੱਖ ਕੇ ਕਦੀ ਵੀ ਪਾਰ ਨਹੀਂ ਲੰਘ ਸਕਦੇ ਅਗਰ ਤੁਸੀਂ ਇੱਕ ਪਾਸੇ ਦੇ ਹੋ ਜਾਓ ਵਚਨ ਵਿੱਚ ਵੀ ਲਿਖਿਆ ਕਹਿੰਦਾ ਜਾਂ ਠੰਡਾ ਹੋ ਜਾ ਤੇ ਜਾਂ ਗਰਮ ਕਹਿੰਦਾ ਜਿਹੜਾ ਲੂਕ ਵਾਰਮ ਆ ਜਿਹੜਾ ਕੋਸਾ ਕੋਸਾ ਆ ਕਹਿੰਦਾ ਮੈਂ ਉਹਨੂੰ ਸਪਿਟ ਆਊਟ ਕਰ ਦੂੰਗਾ ਮੈਂ ਉਹਨੂੰ ਥੁੱਕ ਦੂੰਗਾ ਮੈਂ ਉਹਨੂੰ ਗਲੱਛ ਦੂੰਗਾ ਮਤਲਬ ਇਹ ਸਭ ਚੀਜ਼ਾਂ ਜਿਹੜੀਆਂ ਆ ਇਹ ਸਾਰੀਆਂ ਚੀਜ਼ਾਂ ਗਲਤ ਆ ਇਹ ਚੀਜ਼ਾਂ ਨਾ ਕਰੋ ਇਹ ਚੀਜ਼ਾਂ ਪਲੀਜ਼ ਅਗਰ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਲਿਆ ਕੇ ਗਲਤ ਚੀਜ਼ਾਂ ਰੱਖੀਆਂ ਹੋਈਆਂ ਆ ਤੁਸੀਂ ਇਹਨਾਂ ਚੀਜ਼ਾਂ ਨੂੰ ਕੱਢੋ ਆਪਣੇ ਘਰਾਂ ਦੇ ਵਿੱਚੋਂ ਤੁਸੀਂ ਦੋ ਦੋ ਕੰਮ ਕਰ ਰਹੇ ਆ ਤੁਸੀਂ ਚਰਚ ਵਿੱਚ ਵੀ ਆ ਰਹੇ ਆ ਤੇ ਤੁਸੀਂ ਤੁਸੀਂ ਤਾੰਤ੍ਰਿਕ ਕੋਲ ਵੀ ਜਾ ਰਹੇ ਆ ਤੁਸੀਂ ਕਾਲੇ ਇਲਮ ਵਾਲੇ ਕੋਲ ਵੀ ਜਾ ਰਹੇ ਆ ਤੁਸੀਂ ਉਹ ਤੁਹਾਨੂੰ ਕਹਿੰਦਾ ਕਿ ਨਾਰੀਅਲ ਜਿਹੜਾ ਆ ਉਹਦੇ ਦੁਆਲੇ ਅਕਟਾ ਬਲੇਟ ਕੇ ਤੇ ਤੂੰ ਸਿੱਟ ਦੇ ਤੇ ਚਰਚ ਤੁਹਾਨੂੰ ਕਹਿ ਰਿਹਾ ਹੈ ਕਿ ਤੁਹਾਨੂੰ ਤੁਸੀਂ ਇਹੋ ਜਿਹਾ ਕੋਈ ਵੀ ਕੰਮ ਜਿਹੜਾ ਆ ਉਹ ਨਹੀਂ ਕਰਨ ਪਰ ਤੁਸੀਂ ਤੁਸੀਂ ਸੰਡੇ ਨੂੰ ਚਰਚ ਆ ਰਹੇ ਹੋ ਤੇ ਵੀਰਵਾਰ ਨੂੰ ਤੁਸੀਂ ਤਾਂਤਰੀ ਕੋਲ ਜਾ ਰਹੇ ਹੋ ਜਾਂ ਮੰਗਲਵਾਰ ਨੂੰ ਸ਼ਨੀਵਾਰ ਨੂੰ ਤੁਸੀਂ ਉਹ ਸਾਰੇ ਕੰਮ ਜਿਹੜੇ ਆ ਵਗਦੇ ਪਾਣੀ ਵਿੱਚ ਕੀ ਸਿੱਟਣਾ ਆ 5 ਕਿਲੋ ਕੀ ਸਿੱਟਣਾ ਆ 7 ਕਿਲੋ ਕੀ ਸਿੱਟਣਾ ਸਵਾ ਕਿਲੋ ਕੀ ਸਿੱਟਣਾ ਉਹ ਵੀ ਸਭ ਚੀਜ਼ਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਤੁਸੀਂ ਮੁਰਗੇ ਵੀ ਚੜਾ ਰਹੇ ਹੋ ਇਹ ਇਹ ਨੌਨਸੈਂਸ ਆ ਇਹ ਕੰਪਲੀਟਲੀ ਨੌਨਸੈਂਸ ਹੈ ਇਸ ਲਈ ਜ਼ਰੂਰੀ ਆ ਕਿ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਇਹਨਾਂ ਸ਼ੈਤਾਨੀ ਬੇਦੀਆਂ ਨੂੰ ਤੋੜੋ ਤੁਸੀਂ ਆਪਣੇ